ਟੋੜਾ ਸਵਾਲ ਹੈ ਵੀ ਕਿ ਮੋਬਾਈਲ ਦੇ ਉੱਤੇ ਤੁਸੀਂ ਜਿਹੜੀ IMS ਦੀ ਐਪਲੀਕੇਸ਼ਨ ਹੈ ਤੁਸੀਂ ਕਿਸ ਤਰ੍ਹਾਂ ਚੈੱਕ ਕਰ ਸਕਦੇ ਹੋ ਕਿ ਆ ਤੁਹਾਡਾ ਦਤੁਰਦੀ ਲਵਰੋ ਜਿਹੜਾ ਵੇ ਉਹ ਤੁਹਾਡੀ ਪੈਨਸ਼ਨ ਵਾਸਤੇ ਕੰਟਰੀਬੂਟੀ ਪੇ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ ਬਹੁਤ ਆਸਾਨ ਤਰੀਕਾ ਵੇ ਆਸੀਂ ਇਕੱਠੇ ਬੈਨਿਆ ਕਿਸ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਸਭ ਤੋਂ ਪਹਿਲੇ ਤੁਸੀਂ IMS ਜਿਹੜਾ ਵੇ ਉਹਦੀ ਐਪਲੀਕੇਸ਼ਨ ਆਪਣੇ ਮੋਬਾਈਲ ਤੋਂ ਉਹਨੂੰ ਓਪਨ ਕਰ ਲੈਣਾ ਤੁਹਾਡੇ ਸਾਹਮਣੇ ਪੇਜ ਆ ਜਾਏਗਾ ਸਾਹਮਣੇ ਉਸ ਤੋਂ ਬਾਅਦ ਤੁਸੀਂ ਸਾਈਨ ਇਨ ਹੋਣਾ ਵੇ ਸਾਈਨ ਇਨ ਹੋਣ ਵਾਸਤੇ ਆਵੇ ਕਿ ਜੂ ਤੁਸੀਂ ਉਹਨੂੰ ਕਲਿੱਕ ਕਰੋਗੇ ਤੇ ਤੁਹਾਡੇ ਸਾਹਮਣੇ ਆ ਜਾਏਗਾ ਕਿ ਇਹਨੂੰ ਪਿੰਨ ਦੇ ਨਾਲ ਤੁਸੀਂ ਇਨਕਿ ਇਹ ਨਹੀਂ ਹੋ ਸਕਦੇਓ ਆਦਰਵਾਇਜ਼ ਤੁਸੀਂ ਆਪਣੀ ਕਾਰਤੇ ਇਲੈਕਟ੍ਰੋਨਿਕ ਹੋ ਗਿਆ ਸਪੀਡ ਦੇ ਥਰੂ ਵੀ ਤੁਸੀਂ ਇਹ ਨਹੀਂ ਹੋ ਸਕਦੇ ਇੱਥੇ ਅਸੀਂ ਆਪਣੀ ਪੈਨ ਜਿਹੜੀ ਉਹ ਇਨ ਕਰਨੇ ਆ ਇਨ ਕਰਨ ਤੋਂ ਬਾਅਦ ਸਾਡੇ ਕੋਲ ਸਾਹਮਣੇ ਪੇਜ ਖੁੱਲ ਗਿਆ ਉਸ ਤੋਂ ਬਾਅਦ ਉੱਪਰ ਇਹ ਨਿਸ਼ਾਨ ਆ ਰਿਹਾ ਰਿਸਰਚ ਕਰਨੇ ਤੁਸੀਂ ਲਿਖਣਾਵੇਂ ਇਸ ਤਰ੍ਹਾਂ ਤੋਂ ਕੋਨਟੋ ਕੰਟਰੀਬੂਟਿਵ ਐਸਮਨ ਲਿਖਿਆ ਆ ਗਿਆ ਤੁਸੀਂ ਇੱਥੇ ਕਲਿੱਕ ਕਰੋ ਤੇ ਤੁਹਾਡੇ ਸਾਹਮਣੇ ਇਹ ਪੇਜ ਆ ਗਿਆ ਔਰ ਥੱਲੇ ਤੁਸੀਂ ਵੇਖ ਰਹੇ ਹੋ ਲਿਖਿਆ ਹੈ ਦਾ ਸਕਾਰਿਕਾ PDF ਤੁਸੀਂ ਇਹਨੂੰ ਓਕੇ ਤੇ ਕਰੋਗੇ ਤੇ ਤੁਹਾਡੇ ਸਾਹਮਣੇ ਡਾਊਨਲੋਡ ਹੋ ਜਾਏਗੀ ਤੁਸੀਂ ਇਹਨੂੰ ਸੈਂਡ ਕਰ ਦਿਓ ਆਪਣੀ ਈਮੇਲ ਤੇ ਭੇਜ ਦਿਓ WhatsApp ਤੇ ਭੇਜ ਦਿਓ ਜਿੱਥੇ ਵੀ ਤੁਹਾਡੇ ਦਿਲ ਕਰਦਾ ਹੈ ਇੱਕ ਮਸਾਲੇ ਅਸੀਂ ਆਪਣੀ ਮੇਲ ਜਿਹੜੀ ਇਹਨੂੰ ਕਰਨਿਆ ਉਸ ਤੋਂ ਬਾਅਦ ਤੁਸੀਂ ਜਾ ਕੇ ਆਪਣੀ ਈਮੇਲ ਜਿਹੜੀ ਉਹਨੂੰ ਖੋਲੋਗੇ ਤੁਹਾਡੇ ਸਾਹਮਣੇ ਆ ਲਿਖਿਆ ਆ ਗਿਆ PDF ਚ ਤੁਹਾਡੇ ਕੋਲ ਫਾਈਲ ਆ ਗਈ ਤੁਸੀਂ ਇਹਨੂੰ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਪੂਰੀ ਤੁਹਾਡੀ ਸਤਰਾ ਤੋਂ ਕੁੰਤੋ ਜਿਹੜੀ ਆ ਗਈ ਇਹ ਬੇਸਿਕਲੀ ਤੁਹਾਡੀ ਐਵੇਂ ਕੁੰਤਰੀ ਬੂਤੀ ਉਤਲੀ ਪੈਨਸ਼ਨ ਯਾਨੀ ਕਿ ਤੁਹਾਡੀ ਪੈਨਸ਼ਨ ਲੈਣ ਵਾਸਤੇ ਜਿਹੜੀ ਕੰਟਰੀਬਿਊਟ ਇਹ ਦੇ ਚ ਸਾਰੀ ਲਿਖੀ ਦੀ ਅਗਰ ਵੀਡੀਓ ਪਸੰਦ ਆਈਏ ਇਹਨੂੰ ਲਾਈਕ ਔਰ ਸ਼ੇਅਰ ਕਰ ਦਿਓ ਤਾਂ ਕਿ ਦੂਸਰੇ ਦੋਸਤਾਂ ਦੇ ਫਾਇਦਾ ਹੋ ਸਕੇ ਮੇਰੀ ਤਰਫੋਂ ਰੱਬ ਰੱਖਾ